ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਉਹ ਪੁਲ ਦੇ ਉੱਤੇ ਖੜ੍ਹੇ ਹਾਂ ਜਿੱਥੇ ਇੱਕ ਹਾਦਸਾ ਵਾਪਰਿਆ ਸੀ, ਦੁਰਘਟਨਾ ਹੋਈ ਸੀ। 7 ਮਾਸੂਮ ਬੱਚਿਆਂ ਨੇ ਜਿਹੜੀ ਆਪਣੀ ਜ਼ਿੰਦਗੀ ਗਵਾਈ ਸੀ ਇਸ ਪੁਲ 'ਤੇ, ਐਡਮਿਨਿਸਟ੍ਰੇਸ਼ਨ ਦੀ ਜਿਹੜੀ ਉਹ ਫੇਲੀਅਰ ਦੇ ਕਰਕੇ। ਅਤੇ 1.25 ਮਹੀਨਾ ਹੋਣ ਤੋਂ ਬਾਅਦ ਵੀ ਆਪਾਂ ਦੇਖ ਸਕਦੇ ਹਾਂ ਕਿ ਆਹ ਪੁਲ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਕੰਸਟਰਕਸ਼ਨ ਨਹੀਂ, ਸਿਰਫ 3 ਤੋਂ 4 ਮਜ਼ਦੂਰ ਜਿਹੜੇ ਆ ਉਹ ਇੱਥੇ ਕੰਮ ਕਰ ਰਹੇ ਆ, ਹੋਰ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਨਹੀਂ। ਜਦੋਂ ਅਸੀਂ ਇਸ ਸਾਈਡ ਤੋਂ ਆਏ ਸੀ ਅਤੇ ਆਪਾਂ ਦੇਖਿਆ ਸੀਗਾ ਕਿ 2-3 ਪੁਲ ਹੋਰ ਵੀ ਇੱਦਾਂ ਦੇ ਜਿਨ੍ਹਾਂ ਦੀ ਜਾਂ ਤਾਂ ਰੇਲਿੰਗ ਟੁੱਟੀ ਹੋਈ ਹੈ ਜਾਂ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੋੜ ਦੇ ਉੱਪਰ ਕੋਈ ਸਾਈਨ ਨਹੀਂ ਹੈਗਾ, ਸਪੀਡ ਬ੍ਰੇਕਰ ਨਹੀਂ ਹੈਗਾ। ਜੇ ਆਪਾਂ ਇੱਥੋਂ ਮੋਟਰਸਾਈਕਲ ਦੇਖਾਂਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਕਿੰਨਾ ਡੇਂਜਰਸ ਹੈਗਾ ਵਾ ਇਹ ਪੁਲ। ਮੇਰੇ ਨਾਲ ਉਹ ਪਰਿਵਾਰ ਵੀ ਹੈ ਜਿਨ੍ਹਾਂ ਦੇ 2 ਬੱਚਿਆਂ ਦੀ ਡੈਥ ਹੋਈ ਸੀ। ਆਪਾਂ ਉਹਨਾਂ ਕੋਲ ਵੀ ਜਾਣਾਂਗੇ ਕਿ ਸਰਕਾਰ ਨੇ ਕੀ ਕੀਤਾ ਜਾਂ ਹੁਣ ਤੱਕ ਸਾਰੇ ਕੇਸ ਦੇ ਵਿੱਚ ਕੀ ਪ੍ਰੋਗਰੈਸ ਹੋਈ ਆ। ਮਤਲਬ ਇੰਨਾ ਕੁ ਦੁੱਖ ਹੁੰਦਾ ਸਾਨੂੰ ਵੇਖ ਕੇ ਕਿ ਇਹਨਾਂ ਨੇ ਇੰਨਾ 1.25 ਮਹੀਨੇ ਤੋਂ ਬਾਅਦ ਵੀ ਕੋਈ ਚੀਜ਼ ਨਹੀਂ। ਔਰ ਜਦੋਂ ਇਹ ਦੁਰਘਟਨਾ ਹੋਈ ਸੀ ਸਾਰਿਆਂ ਨੇ ਤਮਾਸ਼ਾ ਬੰਨਿਆ ਸੀ, ਅੱਜ ਉਹ ਆ ਰਿਹਾ, ਕੱਲ੍ਹ ਉਹ ਆ ਰਿਹਾ, ਐਲਾਨ ਹੋ ਰਹੇ ਸੀ ਸਿਸਟਮ ਬਦਲ ਜਾਊਗਾ, ਇਹ ਸਭ ਗੱਲਾਂ ਕਰ ਰਹੇ ਸੀ, ਪਰ ਉਹ ਸਿਰਫ ਗੱਲਾਂ ਜਾਂ ਇੰਪਲੀਮੈਂਟੇਸ਼ਨ ਕਿਤੇ ਨਹੀਂ ਹੋਈ। ਸਰਦਾਰ ਬਲਵਿੰਦਰ ਸਿੰਘ ਜੀ, ਜਿਨ੍ਹਾਂ ਦੇ 3 ਬੱਚਿਆਂ ਨੇ ਇਸ ਹਾਦਸੇ ਦੇ ਵਿੱਚ ਜਿਹੜੀ ਸੀ ਡੈਥ ਹੋਈ ਆ, ਆਪਣੀ ਜਾਨ ਗਵਾਈ ਆ, ਅਸੀਂ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰਸ਼ਾਸਨ ਉਹਨਾਂ ਦੇ ਲਈ ਜਾਂ ਇਸ ਹਾਦਸੇ ਤੋਂ ਬਾਅਦ ਕੋਈ ਉਹਨਾਂ ਨੇ ਕੋਈ ਇੰਪਲੀਮੈਂਟੇਸ਼ਨ ਕੀਤੀ, ਕੋਈ ਪ੍ਰੋਗਰੈਸ ਹੋਈ। ਰਵਿੰਦਰ ਸਿੰਘ ਜੀ, ਕੋਈ ਪ੍ਰੋਗਰੈਸ ਐਡਮਿਨਿਸਟ੍ਰੇਸ਼ਨ ਦਾ ਹੁਣ ਤੱਕ ਵਰਤਾ ਕਿੱਦਾਂ ਦਾ? ਕੋਈ ਇਹਦੇ ਵਿੱਚ ਕੋਈ ਪੁੱਲ ਦੀ ਅਜੇ ਤੀਕ ਕੋਈ ਸੁਣਾਈ ਨਹੀਂ ਹੋ ਰਹੀ, ਕੋਈ ਪ੍ਰਸ਼ਾਸਨ ਇਹਦੇ ਵੱਲ ਧਿਆਨ ਨਹੀਂ ਦੇਣ ਦਿਆ। 1 ਮਹੀਨਾ 10 ਦਿਨ ਹੋ ਗਏ ਆ, ਅਜੇ ਤਾਈਂ ਜਿਹੜੀ ਇੱਥੋਂ ਪਿੰਡ ਦੇ ਲੋਕ ਲੰਘਦੇ ਨੇ ਉਹ ਵੀ 2 ਮੋਟਰਸਾਈਕਲ ਲੰਘਣੇ, 1 ਮੋਟਰਸਾਈਕਲ ਲੰਘਣਾ ਬੜਾ ਮੁਸ਼ਕਲ ਹੋ ਰਿਹਾ ਮੋਟਰਸਾਈਕਲਾਂ ਵਾਸਤੇ। ਔਰ ਪਿਛਲੇ ਦਿਨੀ ਇਸੇ ਸੰਬੰਧ ਦੇ ਵਿੱਚ ਤੁਸੀਂ ਇੱਕ ਧਰਨਾ ਵੀ ਲਾਇਆ ਸੀ, ਉਹ ਸਾਨੂੰ ਸਪਸ਼ਟ ਕਰੋ ਕਿ ਧਰਨਾ ਜਿਹੜਾ ਸੀ ਕਿਉਂ ਲਗਾਇਆ ਸੀ? ਇਹ ਧਰਨਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ, ਪੂਰੇ ਕਮਾਰਾਂ ਦੀ ਇਹਨਾਂ ਦੇ ਸਾਥ ਹੋਏ ਆ। ਅਸੀਂ ਇੱਕ ਵਾਰ ਕੇ ਧਰਨਾ ਲਾਇਆ ਸੀ ਵੀ ਇਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਪਰ ਕੋਈ ਇਹਨਾਂ ਦੇ ਉੱਤੇ ਹਜੇ ਤੀਕ ਕੋਈ ਕਾਰਵਾਈ ਨਹੀਂ ਹੋਈ। ਇੱਥੇ ਮੈਨੂੰ ਇਹ ਵੀ ਮੈਂ ਇਹ ਵੀ ਦੱਸੂਗਾ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਆਰਮੀ ਪਰਸਨ ਨੇ ਉਹਨਾਂ ਨੂੰ ਵੀ ਆਪਣੇ ਡਿਫੈਂਸ ਤੇ ਸਾਡੇ ਲਈ ਲੜਦੇ ਨੇ, ਆਪਣੇ ਹੱਕ ਲੈਣ ਲਈ ਧਰਨਾ ਲਾਉਣਾ ਪੈਂਦਾ, ਐਜੀਟੇਸ਼ਨ ਕਰਨੀ ਪੈਂਦੀ ਆ, ਤੇ ਉੱਥੇ ਹੀ ਇਨਸਾਨੀਅਤ ਦਾ ਕਤਲ ਹੋ ਰਿਹਾ ਵਾ ਜਦੋਂ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਪਰਿਵਾਰਾਂ ਦੇ 7 ਬੱਚਿਆਂ ਨੇ ਆਪਣੀ ਜਾਨ ਗਵਾ ਦਿੱਤੀ ਉਹਨਾਂ ਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਬਹਿਣਾ ਪੈ ਰਿਹਾ, ਉਹ ਧਰਨੇ ਲੈ ਰਿਹਾ, ਔਰ ਐਡਮਿਨਿਸਟ੍ਰੇਸ਼ਨ ਜਿਹੜਾ ਆ ਪ੍ਰਸ਼ਾਸਨ ਜਿਹੜਾ ਆ ਉਹ ਕੰਮ ਕਰਨ ਦੀ ਨੀਂਦ ਸੁੱਤਾ ਆ, ਨਾ ਪੁਲਿਸ ਨਾ ਸਿਵਲ ਐਡਮਿਨਿਸਟ੍ਰੇਸ਼ਨ ਨਾ ਜਿਹੜਾ DDPO ਆ। ਔਰ ਹਾਲਾਤ ਇਹ ਦੇਖ ਲਓ ਕਿ ਮੋਟਰਸਾਈਕਲ ਤੇ ਕਿ ਤੁਰਨ ਲੱਗਿਆ ਵੀ ਸਾਨੂੰ ਇਸ ਪੁਲ ਤੇ ਡਰ ਆਊਗਾ, ਔਰ ਸਿਰਫ 3 ਤੋਂ 4 ਮਜ਼ਦੂਰ ਸਾਨੂੰ ਨਜ਼ਰ ਆ ਰਹੇ ਨੇ ਕੰਸਟਰਕਸ਼ਨ ਦੇ ਵਿੱਚ, ਕੋਈ ਰੇਲਿੰਗ ਨਹੀਂ ਆ, ਕੋਈ ਪ੍ਰੋਗਰੈਸ ਨਹੀਂ ਆ। ਐਡਾ ਵੱਡਾ ਹਾਦਸਾ ਹੋਣ ਦੇ 1.5 ਮਹੀਨੇ ਵੀ ਬਾਅਦ 'ਚ ਸਾਨੂੰ ਸ਼ਰਮ ਆਉਂਦੀ ਆ ਇਹ ਚੀਜ਼ਾਂ ਵੇਖਣ ਦੇ, ਜਦੋਂ ਅਸੀਂ ਇਨਸਾਨੀਅਤ ਦਾ ਕਤਲ ਦੇਖਦੇ ਹਾਂ। ਧੰਨਵਾਦ। ਚਲੋ, ਸਾਡੇ ਨਾਲ ਜਿਹੜੇ ਇੱਥੇ ਕੰਮ ਕਰ ਰਹੇ ਨੇ ਲੇਬਰ ਵਰਕਰ, ਭੋਲਾ ਸਿੰਘ ਜੀ, ਭੋਲਾ ਸਿੰਘ ਜੀ ਨਾਲ ਸਾਨੂੰ ਹੁਣੇ ਦੱਸਿਆ ਵਾ ਕਿ ਇੱਕ ਜਿਹੜੇ ਮੇਨ ਇਸ਼ੂਜ਼ ਆ ਰਹੇ ਨੇ, ਇੱਕ ਤਾਂ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਪੈਸਾ ਨਹੀਂ ਆ ਰਿਹਾ, ਮਟੀਰੀਅਲ ਨਹੀਂ ਆ ਰਿਹਾ, ਦੂਜਾ ਜਿਹੜਾ ਇਹਨਾਂ ਨੇ ਦੱਸਿਆ ਕਿ ਲਾਹੌਰ ਬ੍ਰਾਂਚ ਤੋਂ ਜਿਹੜਾ ਪਾਣੀ ਆ ਉਹ ਬੰਦ ਕਰਵਾਉਣਾ ਇੱਥੇ ਕੰਮ ਕਰਨ ਵਾਸਤੇ, ਪਾਣੀ ਆ ਗਿਆ ਬਹੁਤ ਜ਼ਿਆਦਾ, ਕੱਲ੍ਹ ਪਾਣੀ ਜ਼ਿਆਦਾ ਆ ਗਿਆ, ਇਹਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਓਨਾ ਹੀ ਖਤਰਾ ਵਾ ਜਿੰਨਾ ਆਲਰੇਡੀ ਜੋ ਹਾਦਸਾ ਇੱਥੇ ਹੋ ਚੁੱਕਿਆ। ਫਿਰ ਇਹਨਾਂ ਨੇ ਇੱਕ ਚੀਜ਼ ਹੋਰ ਦੱਸੀ ਸੀ ਇਹਦੇ ਵਿੱਚ ਕਿ ਜਿਹੜੀ ਲੇਬਰ ਆ ਰੋਡ ਜਿਹੜਾ ਜਾਂ ਕੋਈ ਐਡਮਿਨਿਸਟ੍ਰੇਸ਼ਨ ਕੋਈ ਵੀ ਇਹਨੂੰ ਬਲੌਕ ਨਹੀਂ ਕਰਵਾ ਰਿਹਾ, ਜਦੋਂ ਕੋਈ ਗੱਡੀ ਲੰਘਦੀ ਹੈ ਲੇਬਰ ਜਿਹੜੀ ਆ ਉਹ ਵੀ ਕੰਮ ਕਰਨ ਤੋਂ ਡਰਦੀ ਆ, ਜਿਹੜੇ ਕੁਝ ਮਜ਼ਦੂਰ ਸੀਗੇ ਉਹ ਕੰਮ ਕਰਨ ਨਹੀਂ ਆ ਰਹੇ ਸੀ, ਕਿਉਂ ਨਹੀਂ ਆ ਰਹੇ ਸੀ? ਇਸੇ ਕਰਕੇ ਨਹੀਂ ਆ ਰਹੇ ਕਿ ਰਸਤਾ ਬੰਦ ਕਰਾਓ, ਮਤਲਬ ਆ ਜਦੋਂ ਵੱਡੀਆਂ ਗੱਡੀਆਂ ਆਉਂਦੀਆਂ ਵਾ ਆਮ ਬੱਚੇ ਜਿਹਨੂੰ ਉਹਦੇ ਬਹੁਤ ਸਪੀਡ ਨਾਲ ਲੰਘਦੇ ਆ, ਉੱਪਰ ਰੇੜੀ ਪਈ ਤੋੜਿਆ ਉੱਤੋਂ ਸਲਿਪ ਵੀ ਕਰ ਸਕਦਾ ਬੱਦੀ ਦੀ। ਔਰ ਜਿਹੜਾ ਤੁਸੀਂ ਪਾਣੀ ਦਾ ਦੱਸਿਆ, ਫਿਰ ਪਾਣੀ ਤੁਸੀਂ ਕਿੱਦਾਂ ਬੰਦ ਕਰਵਾਇਆ? ਨਹੀਂ, ਆਪ ਉੱਥੇ ਬੰਦ ਕਰਵਾਏ ਕਿਉਂਕਿ ਨਾਲ ਉਹ ਤੋਂ ਪਹਿਲਾਂ ਜਿਹੜਾ ਸੀ ਨਾ ਪਾਣੀ, ਮਤਲਬ ਪਹਿਲਾਂ ਤੁਸੀਂ ਕੋਈ ਲਿਖਤ ਦਿੱਤਾ ਸੀ ਕਿ ਪਾਣੀ ਬੰਦ ਕਰੋ ਜਾਂ ਆਪਣੇ ਆਪ ਉਹਨਾਂ ਨੇ ਪਾਣੀ ਬੰਦ ਕਰ ਦਿੰਦੇ? ਅਚਾਨਕ ਪਿੱਛੋਂ ਪਾਣੀ ਆ, ਉਹ ਪਹਿਲਾਂ ਬੰਦ ਖੁੱਲਿਆ ਹੋਏਗਾ, ਉਹਦੇ ਕਾਰਨ ਫਿਰ ਰਾਤ ਰਾਤ ਪਾਣੀ ਆ ਗਿਆ ਸੀਗਾ। ਇਸ ਜਗ੍ਹਾ ਨੂੰ ਕੋਈ ਹੋਰ ਰਸਤਾ ਹੈਗਾ ਇਸ ਤੋਂ ਇਲਾਵਾ? ਹੈਗੇ, ਪਰ ਜਿਹੜਾ ਉਹ ਐਡਮਿਨਿਸਟ੍ਰੇਸ਼ਨ ਆ ਉਹ ਉੱਥੇ ਫੋਕਸ ਨਹੀਂ ਕਰਦੀ, ਨਾ ਹੀ ਉਹਨੂੰ ਬੰਦ ਕਰਵਾਉਂਦੀ। ਹਾਂਜੀ, ਨਹੀਂ ਕਰਦੀ, ਜਾ ਵੀ ਵਿੱਚ ਇੰਜੀਨੀਅਰ ਵਿੱਚ ਪੂਰੇ ਪਾ ਕੇ ਤੇ ਥੱਲੇ ਵੀ ਲੰਘ ਜਾਂਦੇ।
ਅੱਛਾ ਕਿ ਜਿਹੜੇ ਨਹੀਂ ਨਹੀਂ ਥੱਲੇ ਪੂਰੇ ਪਾ ਦਿਓ, ਥੱਲੇ ਪੂਰੇ ਪਾ ਕੇ ਮੋਟਰਸਾਈਕਲ ਸਕੂਟਰ ਨਾਲ ਹੀ ਲੰਘਦੇ ਥੱਲੇ, ਡਰਾਈਵਰ ਤੁਰ ਕੇ ਜਾਓ ਨਾ ਥੱਲੇ ਲੰਘ ਜੇ। ਇਹ ਚੀਜ਼ ਤੁਸੀਂ ਕਿਸ ਨੂੰ ਕਹੀ? ਅਸੀਂ ਡੀਡੀਓ ਸਾਹਿਬ ਨੂੰ ਕਹੀਏ। ਮਿੱਟੀ ਨਾ ਪਾ ਕੇ ਟਰਾਲੀਆਂ ਦੇ ਮਿੱਟੀ ਪਾ ਕੇ ਰਾਹ ਬਣਾ ਲਈਏ ਪਹਿਲਾਂ, ਜਦੋਂ ਮੁੜ ਕੇ ਮਹੀਨਾ ਲੱਗਣਾ, ਦੋ ਮਹੀਨੇ ਲੱਗਣੇ ਪੁੱਲ ਨੂੰ, ਇਹ ਜਾਂ ਮੋਟਰਸਾਈਕਲ ਲੋਕੀ ਤੁਰ ਕੇ ਲੰਘ ਜਾਣਾ, ਇੱਥੋਂ 4 ਕਿਲੋਮੀਟਰ ਪੈਂਦਾ ਵਾ। ਅਟਾਰੀ ਬਲੌਕ ਹੈ। ਠੀਕ ਹੈ, ਧੰਨਵਾਦ।